ਐਸਾ ਦਾ ਫਿਰ ਇਹ ਅਵਤਾਰ ਹੋਇਆ ਆਣ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਅੰਧਕਾਰ ਅਗਿਆਨਤਾ ਦਾ ਸੀ ਲੋਕਾਂ ਦੇ ਵਿੱਚ ਉਸ ਨੂੰ ਆਣ ਕੇ ਵਟਾਇਆ। ਤਾਂ ਹੀ ਗੁਰਬਾਣੀ ਚ ਦਰਜ ਹੋਇਆ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿਕੀ ਧੁੰਦ ਜਗ ਚਾਨਣ ਹੋਆ। ਵਾਹੁ ਪ੍ਰਗਟਿਆ ਸਤਿਗੁਰੂ ਨਾਨਕ ਪਰ ਪੂਰਨ ਅਵਤਾਰ ਆਣ ਕੇ ਭੁੱਲੇ ਭਟਕੇ ਲੋਕਾਂ ਨੂੰ ਅੰਧਕਾਰ ਦੇ ਵਿੱਚ ਡੁੱਬੇ ਲੋਕਾਂ ਨੂੰ ਅਗਿਆਨਤਾ ਦੇ ਵਿੱਚ ਭਲੇ ਹੋਏ ਲੋਕਾਂ ਨੂੰ ਫਿਰ ਗਿਆਨ ਦਿੱਤਾ ਹੈ, ਉਹਨੇ ਗਿਆਨ ਦਾ ਪ੍ਰਕਾਸ਼ ਕਰਵਾਇਆ। ਵਾਹੁ ਪ੍ਰਗਟਿਆ ਸਤਿਗੁਰੂ ਨਾਨਕ ਪਰ ਪੂਰਨ ਅਵਤਾਰ